ਇਸ ਹਾਲ ਜੀ ਸਾਰੀ ਪਹਿਲੀ ਸ਼ਾਦੀ ਆ ਜੀ ਜਿਹੜੀ ਅਸਾਂ ਇੱਥੇ ਖਾਸਾ ਆ ਨਾ ਕਲਮ ਅਬੋਰ ਗੱਡੀ ਜਵੈਲਰ ਹੈ ਜੀ ਅਲੈਕੁਮ ਹਾਉ ਯੂ ਗੁੱਡ ਟੂ ਬੀ ਬੈਕ ਇਨ ਦਾ ਦੀਆ ਹੋ ਯੈਸ ਸਾਹਮਣੇ ਨਜ਼ਰ ਆ ਸਾਂ ਜੀ ਇੰਟਰੋ ਤਾਂ ਇੰਟਰੋ ਸਾਂ ਤੱਕ ਹੈ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਹੈ ਹਾਲ ਨੇ ਅੰਦਰ ਇੰਟਰੀ ਹੋ ਚੁੱਕੀ ਆ ਜੀ ਇਹ ਦੇ ਸਾਹਿਬ ਰਾਣੀ ਇੰਟਰੀ ਹੈਗੀ ਆ ਅਲੈਕ ਸਾਰਿਆਂ ਨੂੰ ਵੈਲਕਮ ਬਾਕੀ ਹੁਣ ਇਸੇ ਅਸਾਂ ਕੇਅਰ ਕਰ ਲਿਆ ਜੀ ਆਹ ਹਾਂ ਬਹੁਤ ਆ ਗਿਆ ਜੀ ਮਹਾਰਾਜ ਦੋਸਤੋ ਅਸਲਾਮ ਵਾਲਕਮ ਕਹਿੰਦਾ ਸਰ ਠਾਕਰ ਸੋ ਖੁਸ਼ ਬਾਸ਼ ਸੋ ਤਾਲਾਂ ਹਿਫਜ਼ੋ ਅਮਾਨ ਚ ਸੋ ਮੈਂ ਰਾਸ਼ਿਸ਼ ਵੀ ਸਰ ਤੱਕ ਕਿਰੇ ਯੂਟਿਊਬ ਚੈਨਲ ਔਰ ਫੇਸਬੁੱਕ ਪੇ ਜਰਾਸ਼ਦ ਸ਼ਬੀਰ ਅਸਾਂ ਫਿਰ ਮਜਾ ਫਿਰ ਆਜ਼ਰ ਅੰਜ ਕਾ ਨੇ ਵੀਡੀਓ ਕੋ ਇੰਟਾ ਇਸਲਾ ਮੈਂ ਆਈ ਚੁਕੇ ਹਾਂ ਜੀ ਬਾ ਖੁਸ਼ਬੋ ਲਾਈਟ ਹੈ ਖੁਸ਼ਬੋ ਲਾਈ ਗਣੀ ਆ ਖੁਸ਼ਬੋ ਮੈਂ ਖੁੱਲੀ ਠੋਕੀ ਦਾ ਆਏ ਹਾਂ ਤੇ ਬਾਕੀ ਸਾਂ ਮੌਸਮ ਹੈ ਚੈੱਕ ਕਰੋ ਮੌਸਮ ਜਿਹੜਾ ਹੈ ਜੀ ਉਹ ਮਿਲਾ ਜੁਲਿਆ ਧੁੱਪੇ ਵੀ ਨਿਕਲਤੀ ਵੀ ਉਸ ਤੋਂ ਬਾਅਦ ਚਾਰ ਵੀ ਪਏ ਵੇ ਜਾਣਾ ਬੜੇ ਦੂਰ ਹੈ ਖੁਸ਼ਬੋ ਕੀਆਂ ਲਈ ਹੈ ਉਹ ਸਹੀ ਕੀ ਪਤਾ ਲਈ ਗਿਆ ਉਸ ਅੱਗੇ ਖੁਸ਼ਬੋ ਕੀਆਂ ਲਈ ਹੈ ਕਿਉਂਕਿ ਅੱਜ ਮੈਂ ਜੁਲਿਆ ਜੀ ਸ਼ਾਦੀ ਪਰ ਸ਼ਾਦੀ ਸਹੀ ਪਤਾ ਹੀ ਹੈ ਕੁਛ ਨਹੀਂ ਚੱਲੀ ਰਹੀ ਭਾਪੇ ਅਦਰੀਸ ਨਹੀਂ ਬਾਕੀ ਸਿਸਟਮ ਵਗੈਰਾ ਸਾਰੇ ਰਹਿ ਗਏ ਜੀ ਸ਼ਾਦੀ ਨੇ ਸਿਰਫ ਰਹਿ ਗਿਆ ਵਲੀਮਾ ਤਾਂ ਵਲੀਮੇ 'ਚ ਉਹਨਾਂ ਰੱਖੀ ਸੀ ਆ ਬਰੇਕ ਉਹ ਬਰੇਕ ਹੋਏਗੀ ਕੱਲ੍ਹ ਖਤਮ ਅੱਜ ਆਈ ਗਿਆ ਵਲੀਮਾ ਤਾਂ ਵਲੀਮੇ ਵਾਸਤੇ ਅਸਾਂ ਕੀ ਜਾਣਾ ਪਏ ਸੀ ਡਡਿਆਲ ਸ਼ਹਿਰ ਔਰ ਘਰਿਆਲਾ ਵੀ ਜਾਣਾ ਪਏ ਸੀ ਕਸ਼ਮੀਰ ਮਾਰਕੀ ਵਿੱਚ ਹੁਣ ਇੱਥੇ ਤਾਂ ਮੈਂ ਖਲਤਾ ਹੋਇਆ ਇਕੱਲਾ ਹੀ ਬਾਕੀ ਸਾਰੇ ਗਿਆ ਦੋਸਤ ਹਜ਼ਰਾਤ ਸ਼ਾਮਿਲ ਹੋ ਸਨ ਤਾਂ ਫਿਰ ਹੀ ਵਲੀਮਾ ਪੂਰਾ ਹੋ ਸੀ ਹੈ ਜ਼ਹਿਰ ਸ਼ਾਦੀ ਸਹਿ ਕੱਲਿਆਂ ਦੇ ਨਹੀਂ ਨਾ ਹੋਣੀ ਪੂਰੀ ਫੌਜ ਜੋ ਹੈ ਫਿਰ ਜੇ ਤਾਂ ਸ਼ਾਦੀ ਹੋਣੀ ਬਣਨੇ ਚਾਹੀਦਾ ਫੌਜਾਂ ਨੇ ਵਿੱਚ ਫਾਈਨਲੀ ਇਸ ਵੇਲੇ ਪੁੱਛੀ ਆਏ ਕਿ ਜ਼ਮਾਨ ਚੌਕ ਨੇ ਏਰੀਆ ਜਿੱਦਾਂ ਸਾਹ ਚੜੇ ਹੋਣੇ ਤਾਂ ਸਾਰੇ ਭਾਪੇ ਬੈਠੇ ਹੋਣੇ ਤਾਂ ਰਕਸ਼ਾ ਅੱਜ ਸਾਂ ਤੱਕ ਆਪਾਂ ਜਿਹਾ ਖਲਤਾ ਜੀ ਉਹ ਪਟੋਲਾ ਨਹੀਂ ਖਲਤਾ ਕੁਝ ਹੋਰ ਹੀ ਖਲਤਾ ਵਾ ਤਾਂ ਭਾਪੇ ਵੀ ਅਸਾਂ ਇੱਥੇ ਨਜ਼ਰ ਕੋਈ ਨਹੀਂ ਪਰ ਭਾਪੇ ਤਾਂ ਆਏ ਜਾਂ ਨਹੀਂ ਆਏ ਅਸਲਾਮ ਵਾਲੇਕੁਮ ਜਾਣਾ ਬੜੀ ਲੇਟ ਪਹੁੰਚੀ ਆ ਮਿਹਰਬਾਨ ਅਤੇ ਲੇਟ ਹੋਈ ਗਏ ਬੜੀ ਚਮਕ ਕੜੀ ਦਾ ਨਹੀਂ ਤਾਂ ਨਾਲ ਹੀ ਦਾੜੀ ਕਢਾਈ ਨੇ ਬਣਤਾ ਅਜ਼ੀਮ ਸ਼ਖਸੀਅਤ ਸੁੱਚੀਆਂ ਲੋਕਾਂ ਨੇ ਗਰਾਏ ਨੀ ਬੜੀ ਲੇਟ ਪਹੁੰਚੀ ਆ ਮਿਹਰਬਾਨ ਅਤੇ ਲੇਟ ਹੋਈ ਗਏ ਬੜੀ ਚਮਕ ਕੜੀ ਦਾ ਨਹੀਂ ਤਾਂ ਆਇਓ ਨਾਲ ਹੀ ਦਾੜੀ ਕਢਾਈ ਨੇ ਦੁਲਹਾ ਤਾਂ ਅੱਜ ਸਭ ਬਣਤਾ ਹੋਇਆ ਤਾਂ ਪੰਜਾਂ ਸਾਲਾਂ ਬਾਅਦ ਬਣਨੇ ਪਰ ਇੱਕ ਵਾਰੀ ਬਣਨੇ ਮਾਸ਼ਾਅੱਲਾ ਚਮਕ ਨਿਕਲੀ ਆਈ ਰੂਪ ਚੜੀ ਆਇਆ ਲੋ ਜੀ ਪਟੋਲਾ ਰਿਕਸ਼ਾ ਵੀ ਆਈ ਗਿਆ ਸ਼ਾਰੇ ਮਾਰੀ ਜਾਣਾ ਅੱਛੋ ਅੱਛੋ ਲੱਦੋ ਹੈ ਅੱਜ ਪੈਸੇ ਕਿੰਨੇ ਸੀ ਸਾਨੂੰ ਪਤਾ ਲੱਗਾ ਸਾਰੇ ਪਾਪਾ ਦਾਨੀ ਹੋਰ ਵੀ ਆਈ ਗਏ ਜੀ ਇਸ ਵੇਲੇ ਤਾਂ ਬੈਠੇ ਨੇ ਰਿਕਸ਼ੇ 'ਚ ਰਿਕਸ਼ੇ 'ਚ ਬੁਣੀ ਨਹੀਂ ਲੈਣੇ ਨਾ ਅਸੀਂ ਆਫ ਕਰਨੇ ਅਸਲਾਮ ਵਾਲੇਕੁਮ ਕੋਟੀ ਸਹੀ ਆਖਰੀ ਦਿਹਾੜਾ ਯਾਦ ਆਈ ਲਾਣੇ ਨੀ ਕਿਆ ਵਜ੍ਹਾ ਠੀਕ ਹੈ ਕਿਆ ਨਾਂ ਆ ਸ਼ਕੂਲ ਅਹਿਮਦ ਜੈਸਾ ਕਿ ਸ਼ਾਦੀ ਨੂਰ ਹਸਨ
نور حسن چاچا سو کیا حال ہے سال کا گنی برا ٹھیک ہے اجلے شادی خان سے رہی لے جاسو ولیما کر جاسے راہ لے جاسن صحیح ہے او جناب ٹھیک ہو اللہ نے فائنلی اس ویلے اساں پہنچے ہیں جی ہلانے سامنے بیک سائیڈ سنگ نظر اچھا سی حال حالن نیا جی کشمیر مار کی حال ڈڈیال واقعی عوام ایسا تک نہ سوا جی موٹر سائیکلاں وغیرہ لئی آئی چکی ہے تو ادھر پارکنگ ہے گڈیاں نہیں تو اساں اتھوں انٹری مارسا ہے گیڈو اندر وہاں میں علاقہ سارے اس میں سے پہلے تھا پتہ کیا ہے جناب السلام علیکم بار انسان جی کیا حال ہے ٹھیک ٹھاک اللہ شکر کیا نایا عاقب صاحب نام ہے جاب صاحب کیا جاسوں خاتمہ آباد بڑی جلدی آئی گئے ٹائم ہے پرایا جناب بوٹی مراج بھی آئی گئے تھا تے شادی بلے بلے ہن کھانا شاد کھول سن استقبال ہو رہی ہے آ سب کچھ موسم بڑا خوبصورت ہے جناب میں ایک بہت جدوں ہے آل ایکسپلین ہویا ہے جی اس تو بعد سو پہلی شادی کھائی رہی گیا کھائی نہ گیا دعوت کا دن جلایا الگ سٹینڈ ہے اسی دعوت بھی ہے اس ویلا بھی جانا واپس افتتاح کی تصویر بھی ہے سن اور چار پانچ شادیاں جی کھائی رہے تھا تو خوبصورت بنایا نندرو تو ان کیسا ماحول لگی اس کی طرف بہت بہترین جناب بہت بہترین ماشاءاللہ اس سسٹم تک جی حال بہت ہی خوبصورت ہے گڑیاں شڑیاں کھلتی ہیں باقی اس حال تک ہے تو حال ہی ماشاء اللہ بہت ہی خوبصورت ہے اس حال کی ساری پہلی شادی ہے جی جی اصل اتنے خاصا ہے کیونکہ پہلے جو حال سی ہاں وہ پرانے لیول ہاں سی زیادہ ہوں سر حال تک جائے نہ کتنا صحیح نواں گڑی ہو رہا ہے حال جا ہے بڑا ہی گیا میں تو ہونا اتنا شادیاں دو تو پختی جانیا سوکھی ہیں جیسا کہ سنگی بیا سے کہ اتھا ائی جی کلم اپ روڈ پونا نہیں گاڑی سن تک تھوڑا بیک سائیڈ سنگی نظر ائی جی اس کی کچھ ہی ائی ہے ویلکم ٹو کیا ہونا کلم اپ روڈ گڈی جو لتا جی ماشاءاللہ نظر نہ لگا واہ جی واہ اور برادر چیک کر سکنے ہو ویلکم ٹو کشمیر ویلکم ٹو کشمیر دی بیسٹ پلیس ہوٹ ویلکم ہاؤ ار یو علاقہ جی ہے اور کافی آئی ہے کار پر دسی لیا ہے اے ہم پر دساں پے کدو جاسنا ہے انشاءاللہ جے سب پرانی دعا ہے تے جلدی لے جاتا اساں تا پھڑیاں بیٹھے ہیں روز دعا منگنے اساں ہاں بیٹھے ہیں جے دعا کرو تے جالا تے پھڑیاں بنا کے بنا دعا سے بنا نا سارا نہیں بنا سارا نہ کی کتنی نے دعا اساں یا ہے پر دسی جولو پر دسی جولو بس دعا کرو پر دسیاں کی انشاءاللہ السلام علیکم کیا حال ہے ٹھیک ٹھاک ہے صحیح ہے جی صاحب پھر السلام علیکم کیا حال ہے جی ٹھیک ہو السلام علیکم کیا حال ہے ٹھیک ہو سب پتہ لگا یو کے سی آیا ہے کیا نام ہے ضیاء الحق ماشاء اللہ جی اے پاپا اور بھی آئے تھے انٹری گیٹ ویسا تکو جی ولیمے نا کاٹ اے تک بنتا ہوا ہے انٹری گیٹ اساں ماننے ہیں اتوں انٹری ہال ہے اندر سامنے نظر اچھا جی انٹرو تو انٹرو سا تک ہے ماشاء اللہ بہت ہی خوبصورت ہے ہال ہے فروٹ ٹیسٹ کرو نا کیا کرسو ہے اپنا فیوریٹ اتوں فروٹ چڑھا ہے اساں فیوریٹ فروٹ کیا ہے اساں سارے کی چاہو تو گجے بو اچھا چلو اپنا تکنے جی فیوریٹ میرا سواد ہے باقی اور تھا فروٹ شروع کافی لگے جس بندے جس طرح فروٹ کھانا وہ تو کھائی سکنا ادھر ادھر پھرو تو وہ پار کی ٹیبل وغیرہ نظر اچھا اتھا جڑا ہے جی مشروب وغیرہ کھائی سکنا تو اتو اندر انٹری مارو تو اصانگی بڑا حال نظر اچھا السلام علیکم کیا حال ہے جی ٹھیک ہو حال نے اندر انٹری ہو چکی ہے جی سویا تک ہے سائڈاں بھی نہ ماشاء اللہ بہت ہی خوبصورت فل لائے ہوئے انٹرو بنیا سائڈاں سان تک ہے تسان کی نظر اچھا سن ٹیبل ٹیبل جڑے ہیں جی وہ سارے فل ہو چکے ادھر سان ادھر تک ہے ادھر جو ٹیبل ہے جی وہ بھی فل ہو چکے
ਐਸਾ ਸਾਹਮਣੇ ਤੱਕ ਨਾ ਸੋਚਦਾ ਵੀ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਫੁੱਲ ਲੱਗਾ ਹੈ ਇਧਰ ਸਾਂ ਖੀਰੋ ਹੈ ਬਹੁਤ ਸਾਂ ਤੱਕ ਨਾ ਸੋਇਆ ਸੰਗੀ ਨਜ਼ਰ ਸ਼ਾਮ ਸੀ ਸਟੇਜ ਸਟੇਜ ਜਿਹੜਾ ਹੈ ਜੀ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਹੈ ਇੱਥੇ ਦੇ ਸਾਹਿਬ ਦੀ ਸੈਸ਼ਨ ਨਾ ਉਹ ਇੱਥੇ ਦਿਸਣ ਜੀ ਦੇ ਸਾਹਿਬ ਰਾਣੀ ਐਂਟਰੀ ਹੈਗੀ ਆ ਅਲਾਈ ਜੀ ਸਾਰਿਆਂ ਨੂੰ ਵੈਲਕਮ ਹੁਣ ਦੁਆ ਚ ਸ਼ਾਮਿਲ ਹੋ ਸਕਦਾ ਬਿਸਮਿਲ੍ਲਾਹਿ ਅਲਾ ਬਰਕਾਤਿਲਾਹਿ ਪਰਵਰਦਿਗਾਰ ਆਲਮ ਇਹ ਬਦੀਮਾ ਸੰਗਤ ਦੀ ਸੁਨਨਤ ਕੈਨ ਮੁਤਾਬਕ ਅੱਲਾ ਪਾਕ ਅਜ਼ੀਜ਼ ਹਾਜ਼ਰ ਕੇ ਖੁਸ਼ੀ ਕੇ ਸਿਲਸਿਲਾ ਮੇ ਸ਼ਾਦੀ ਕੀ ਕਾਮਯਾਬੀ ਕੇ ਸਿਲਸਿਲਾ ਮੇ ਯਹ ਤਮਾਮ ਹੁਆ ਹੈ ਸਰ ਨਾਮ ਪਾਕ ਅਫਤਿਗਾਰ ਦਾ ਮੇ ਕੋਈ ਦੋਸਤ ਹੈ ਬੱਚੋ ਨਹੀਂ ਜੇ ਮੇਰਾ ਦੋਸਤ ਹੈ ਬਾਪ ਭਾਈ ਅੱਲਾ ਪਾਕ ਸੰਗਤ ਦੀ ਸੁਨਨਤ ਕੈਨ ਮੁਤਾਬਕ ਸਭ ਕਾਣਾ ਆਪਣੀ ਬਾਰਗਾ ਮੇ ਕੋਈ ਯਾਰ ਬਲਾ ਮੇ ਨਾ ਖਸੂਸਨ ਅਦਰੀਸ ਸਾਹਿਬ ਕੋ ਕਾਮਯਾਬੀਆਂ ਅਤਾ ਫਰਮਾ ਅੱਲਾ ਪਾਕ ਅਦਵਾਰ ਦੀ ਜ਼ਿੰਦਗੀ ਮੇ ਕਾਮਯਾਬੀਆਂ ਅਤਾ ਫਰਮਾ ਮੇਰੇ ਅੱਲਾ ਹਮ ਸਭ ਕੇ ਅਜ਼ਾਮਾ ਬਹੁਤ ਬਣਾ ਦੋ ਕਾਮਯਾਬੀ ਕੇ ਲਈ ਆਪਣੀ ਬਾਰਗਾ ਮੇ ਮੇਰੇ ਅੱਲਾ ਹਮੇ ਸਿਰਾਤ ਮੁਸਤਕੀਮ ਨਸੀਬ ਫਰਮਾ ਮੇਰੇ ਅੱਲਾ ਹਮਾਰੇ ਮੁਲਕ ਕੋ ਇਸਤਿਕਾਮ ਅਤਾ ਫਰਮਾ ਯਾ ਅੱਲਾ ਕਸ਼ਮੀਰ ਦੀ ਮਦਦ ਫਰਮਾ ਆਮੀਨ ਕਸ਼ਮੀਰ ਦੇ ਮਜ਼ਲੂਮ ਮੁਸਲਮਾਨ ਦੀ ਮਦਦ ਫਰਮਾ ਔਰ ਖਿੱਤਾ ਏ ਕਸ਼ਮੀਰ ਕੋ ਅੱਲਾ ਪਾਕ ਆਜ਼ਾਦੀ ਜੈਸੀ ਨਿਆਮਤ ਸੇ ਮਾਲਾ ਮਾਲਾ ਫਰਮਾ ਮੇਰੇ ਅੱਲਾ ਹਮਾਰੀ ਦੁਆਓਂ ਕੋ ਆਪਣੇ ਪਾਸ ਬਾਰਗਾ ਮੇ ਕਬੂਲ ਫਰਮਾ ਮਨਾਤ ਕਬਲ ਮਿਲਾਦ ਕਾ ਕਰ ਤਸਮ ਮਿਲਾਦ ਵਾ ਤੋ ਵਾਲੇ ਨਾ ਇਨ ਕਰ ਕਰ ਤਵਾ ਬਰਾਹੀ ਸੱਲੱਲਾਹੁ ਤਾਲਾ ਅਲਾ ਖਿਰ ਹੋ ਗਿਆ ਸੀ ਮੁਹੰਮਦ ਮੁਲਾਦ ਮਾਈ ਨਕਰ ਆਮੀਨ ਆਮੀਨ ਬਸ ਹੋਈ ਗਈ ਜੀ ਹੁਣ ਖਾਣੇ ਦੀ ਓਪਨਿੰਗ ਹੋਈ ਗਈ ਹੈ ਹੁਣ ਖਾਣ ਖਾਣ ਸ਼ਾਣ ਖਾਈ ਸਕਦੇ ਹਾਂ ਸਾਰੇ ਖਾਣਾ ਸ਼ਾਣ ਖਾਈ ਸਕਦੇ ਹਾਂ ਪਲੇਟਾਂ ਛਲਟਾਂ ਨੂੰ ਹੁਣ ਬਹੁਤ ਪਲੇਟਾਂ ਵਿੱਚ ਖਾਈ ਗਏ ਨੇ ਇਹ ਸਮਾਂ ਤੱਕ ਉਸ ਸੰਗੀ ਨਜ਼ਰ ਛਣਾ ਸੀ ਜੀ ਚਾਟ ਇਹ ਸਮਾਂ ਤੱਕ ਅਸੀਂ ਕਹਿੰਦੇ ਖੀਰ ਮਿਕਸ ਇਹ ਨੇ ਜੀ ਬਰਿਆਨੀ ਮਾਸ਼ਾਅੱਲਾ ਸਮਾਂ ਤੱਕ ਬਹੁਤ ਹੀ ਖੂਬਸੂਰਤ ਲੱਗੀ ਰਹੀ ਹੈ ਤੱਕਣੇ ਵਿੱਚ ਤਾਂ ਇਹ ਸਮਾਂ ਤੱਕ ਤਾਂ ਇਹ ਹੈ ਗੋਸ਼ਤ ਗੋਸ਼ਤ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਬਣਦਾ ਹੋਇਆ ਇਹ ਨੇ ਸਬਜ਼ੀ ਅਤੇ ਚਿਕਨ ਖਾਣੇ ਤਾਂ ਮਾਸ਼ਾਅੱਲਾ ਟੇਸਟੀ ਲੱਗੀ ਰਹਾ ਬਾਕੀ ਉਹਨਾਂ ਪਾਪਾ ਟੇਸਟ ਕਰਦਾ ਜੀ ਬਾਸਣ ਅਸਲਾਮ ਵਾਲੇਕੁਮ ਕੀ ਹਾਲ ਹੈ ਠੀਕ ਹੋ ਹੋਰ ਸੁਣਾਓ ਕਿਆ ਖਾਣਗੇ ਗੋਸ਼ਤ ਇਹ ਤਾਂ ਗੱਲ ਹੈ ਨਾ ਖਾਣ ਜ਼ਰਾ ਗੋਸ਼ਤਾਂ ਨੂੰ ਨਜ਼ਰ ਰੱਖਣੇ ਆ ਪੱਕੀ ਤਾਂ ਬਾਕੀ ਆਸਾਂ ਤੱਕ ਸਭ ਪਾਪਾ ਵੀ ਸਾ ਆਏ ਨਾ ਉਸਲੇ ਟਿੱਕੇ ਹੀ ਮੁੱਕੀ ਹੈ ਪਾਪਾ ਥੋੜ੍ਹਾ ਪਾਉਣਾ ਜ਼ਰਾ ਹੱਥਾਂ ਹੀ ਸਵਾਦ ਹੈ ਲਓ ਹੁਣ ਕੀ ਲਓ ਹੁਣ ਤਾਜ਼ੇ ਤਾਜ਼ੇ ਆਏਗਾ ਜੀ ਇਹ ਟਿੱਕਾ ਬੋਟੀ ਆਏਗੀ ਇੱਧਰ ਨਿੱਕੇ ਛਿੱਕੇ ਵੀ ਲੱਗੇ ਹੋਏ ਖਾਈ ਛਾਈ ਰਹੇ ਇੰਜੋਏ ਕਰੀ ਰਹੇ ਬਾਕੀ ਇਹਦਾ ਕਸ਼ਮੀਰੀ ਮੰਡੇ ਜਿਨ੍ਹਾਂ ਨੇ ਰੋਲੇ ਪੂਰੀ ਦੁਨੀਆ ਵਿੱਚ ਤਾਰਾ ਉੜ ਜਾਏਗਾ ਕੀ ਹਾਲ ਹੈ ਤੁਹਾਡਾ ਜੀ ਹੋਰ ਸਭ ਸੇ ਠੀਕ ਹੈ ਜ਼ਰਾ ਗਰਮ ਤਾਂ ਨਹੀਂ ਨਾ ਖਾਣੇ ਦੀ ਅਦਰੀ ਸਾਹਿਬ ਆਈ ਗਏ ਜੀ ਕਾਫੀ ਇੰਤਜ਼ਾਰ ਕੀਤਾ ਬਾਕੀ ਹਜ਼ਰਾਤ ਖਾਣਾ ਖਾਣਾ ਖਾਈ ਰਿਹਾ ਤਾਂ ਮੌਕਾ ਲਾਇਆ ਤਾਂ ਉਸਨੇ ਚਲੋ ਮਿਲੀ ਗਿਆ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਸਿਆਣਾ ਦਾ ਕੰਮ ਕੀਤਾ ਉਸਨੇ ਪਤਾ ਬਾਦੀ ਰਸ਼ ਕਰੀ ਸੀ ਅਲਹਮਦੁਲਿਲਾ ਅਲਹਮਦੁਲਿਲਾ ਸ਼ੁਕਰ ਅੱਲਾ ਬੜੀ ਅੱਜ ਸਮਾਈਲ ਹੈ ਖੁਸ਼ ਲੱਗੀ ਰਿਹਾ ਪਾਪਾ ਬਸ ਜ਼ਹਿਰ ਖੁਸ਼ੀ ਤਾਂ ਨਹੀਂ ਮੌਕਾ ਐਸਾ ਆ ਕਿ ਸ਼ਾਦੀ ਹੋਇਆ ਤਾਂ ਵੈਸੇ ਹੀ ਬੰਦੇ ਖੁਸ਼ੀ ਬਾਕੀ ਨਾ ਬਰਾਤ ਭਈਆ ਨਾਲ ਤਾਂ ਰਹਿ ਰਸਤੀ ਕੀਤੀ ਹੈ ਥਕਾਵਟ ਨਹੀਂ ਕਾਫੀ ਹੋਈ ਕੀਤੀ ਹੈ ਸਫ਼ਰ ਬੜਾ ਲੰਮਾ ਸੀ ਨਾ ਨਹੀਂ ਨਹੀਂ ਸਫ਼ਰ ਬੜਾ ਲੰਮਾ ਜੀ ਤਕਰੀਬਨ ਜੋ ਆ ਰਿਹਾ ਇਸ ਨਾਲ ਤਰੇ ਚਾਰ ਆ ਰਿਹਾ ਸਫ਼ਲ ਵੀ ਜੀ ਨਹੀਂ ਬਾਕੀ ਅੱਜ ਪਪਾ ਵਿਕਾਸ ਬਹਿ ਰਹੇ ਜੀ ਟਿੱਕਾ ਬਹਿ ਹੋਣਾ ਦਸਾਂ ਵੀ ਹੋਣਾ ਟਿੱਕੇ ਛਿੱਕੇ ਬਣਿਆ ਇੱਥੇ ਵਾਈਟ ਵੀ ਆਇਆ ਉਸ ਤੋਂ ਬਾਅਦ ਬੋਟੀਆਂ ਸਭ ਬਣਿਆ ਮਾਸਾ ਦੀਆਂ ਬੋਟੀਆਂ ਸਾਰੇ ਅੱਛੇ ਸੁੱਕਾ ਲਈ ਭੈਣ ਨੀਚੇ ਹੀ ਚੱਲੀਆਂ ਗਈਆਂ ਨਹੀਂ ਸਭ ਬਾੜੀ ਕਿੰਨੇ ਪਲੇਟਾਂ ਵਿੱਚ ਦੱਸਦਾ ਪਲੇਟਾਂ ਛਲੇਟੀ ਗਈ ਪਲੇਟ ਜਿਹੜੀ ਹੈ ਨਾ ਸਾਰੀ ਨੀਚੇ ਹੀ ਚੱਲੀ ਗਈ ਹੈ ਲਓ ਜੀ ਅਸਲਾਮ ਵਾਲੇਕੁਮ ਕੀ ਹਾਲ ਜੀ ਠੀਕ ਹੋ ਸਿਹਤ ਠੀਕ ਹੈ ਹੋਰ ਸੁਣਾਓ ਨਿਜ਼ਾਮ ਚੱਕੇ ਵੀ ਰਿਹਾ ਪਿੱਟਰੇ ਸ਼ੇ ਖਾਲੀ ਤਾਂ ਨਹੀਂ ਹੋਰ ਸੁਣਾਓ ਕੰਮ ਕੈਸਾ ਜੀ ਰਿਹਾ ਅਲਗ ਵੀ ਰੌਣਕਾਂ ਲਾਈ ਹੋਈਆਂ ਤਾਂ ਇੱਥੇ ਅੰਦਰ ਵੀ ਰੌਣਕਾਂ ਲੱਗੀਆਂ ਹੋਈਆਂ ਇਸ ਵੇਲੇ ਬਾਕੀ ਹੁਣ ਪਲੇਟ ਹੀ ਅਸਾਂ ਖਾਂਦੇ ਹਾਂ ਜੀ ਟੇਬਲਾਂ ਪਰ ਛੋਟੀਆਂ ਛੋਟੀਆਂ ਇਸ ਵੇਲੇ ਬਹੀ ਹਾਂ ਤਾਂ ਟੇਬਲਾਂ ਬਸਾਂ ਪਹੁੰਚੀ ਆਇਆ ਤਾਂ ਮੌਕਾ ਹੁਣ ਅਸੀਂ ਲਾਇਆ ਖਾਣਾ ਬਾਕੀ ਖਾਈ ਤਾਂ ਮੁਕਾਈ ਰਹੇ ਚਾਚਾ ਕਿਆ ਬਣਿਆ ਖਾਣੇ ਨੂੰ ਬੜਾ ਮਜ਼ਾ ਆ ਜੀ ਮਜ਼ਾ ਆਇਆ ਅਸਾਂ ਹੁਣ ਆਪਣੀ ਬੋਟੀ ਜਿਹੜੀ ਆ ਨਾ ਅਸੀਂ ਭੰਨੇ ਹਾਂ ਫਿਰ ਹੀ ਪਤਾ ਲੱਗਿਆ ਮਜ਼ਾ ਆਇਆ ਜਾਂ ਕੋਈ ਆਇਆ ਬਾਕੀ ਹੁਣ ਇਸੀ ਅਸਾਂ ਟੇਸਟ ਕਰਨੇ ਹਾਂ ਜੀ ਹਾਂ ਹਾਂ ਸਵਾਦ ਆ ਗਿਆ ਬਾਕੀ ਸਾਨੂੰ ਤਾਂ ਕਹਿੰਦੇ ਹੋਰ ਆਵਾਂ ਖਾਈ ਪੀ ਰਹੀ ਆ ਅਸਾਂ ਵੀ ਹੁਣ ਖਾਣੇ ਪੀਣੇ ਆ ਤਾਂ ਉਹ ਜਾ ਸਮਾਂ ਅਸੀਂ ਹੁਣ ਨਾਲ ਨਾਲ ਸਿੰਘ ਘੱਟ ਰਹੇ ਹਾਂ ਛਿੱਕੇ ਛਿੱਕੇ ਖਾਧੇ ਜੀ ਹੁਣ ਬਾਰੀ ਆਈ ਗਈ ਆ ਗੋਸ਼ਤਾਂ ਨਹੀਂ
ਸਾਰੇ ਪਾਪਾ ਹੋਰ ਯਾ ਗੋਡ ਸ਼ੋਸ਼ਲ ਸਹੀ ਰਹੇ ਅਸਲਾਮੁਅਲੈਕਮ ਵਾਲੇਕੁਮ ਸਲਾਮ ਕੀ ਹਾਲ ਜਨਾਬ ਅੱਲਾਹ ਦਾ ਸ਼ੁਕਰ ਸਾਸ ਨੋ ਸੇ ਠੀਕ ਹੈ ਅਲਹਮਦੁਲਿਲਾ ਭਾਈ ਜਨਾਬ ਕੀ ਬਈ ਰਿਹਾ ਮੈਂ ਜਰਾ ਛੋਟੇ ਬੋਤ ਕਾ ਟੇਸਟ ਲੈ ਰਹੇ ਹਾਂ ਬਾਕੀ ਸ਼ਾਦੀ ਇੰਜੋਏ ਕਰੀ ਕੀ ਨੇ ਹਾਂ ਇਨਸ਼ਾਅੱਲਾ ਜ਼ਬਰਦਸਤ ਖਾਣਾ ਸ਼ਾਣਾ ਕਿਸਾ ਲਗਾਇਆ ਜ਼ਬਰਦਸਤ ਮਜ਼ਾ ਆਇਆ ਬਹੁਤ ਮਜ਼ਾ ਚਲੋ ਜੀ ਹੁਣ ਸਾਂ ਵੀ ਬਣਿਆ ਗੋਸ਼ਤ ਇਸੇ ਤੇ ਬੋਕੀਆਂ ਜ਼ਿਆਦਾ ਜਾਂ ਸ਼ੋਰਵਾ ਆ ਗੋਣੀਆਂ ਤਸਾਂ ਖਾਣੇ ਆ ਸ਼ੋਰਵਾ ਸ਼ੋਰਵਾ ਹੁਣ ਲੱਭੀ ਕਿਸਾ ਹੈ ਇਹ ਆਸਨ ਹੈ ਬੋਕੀਆਂ ਭੋਲੀ ਗਏ ਹੋਇਆ ਲੋ ਜੀ ਸ਼ੋਰਵਾ ਵਾਲਾ ਪਈ ਗਿਆ ਅਸੀਂ ਰੱਖਦੇ ਹਾਂ ਚਮਚੇ ਇੱਥੇ ਲੈ ਕੇ ਅਸਾਂ ਆਪ ਹੀ ਚਾਹਣੇ ਹਾਂ ਤਾਂ ਮੰਡੇ ਦੌੜਨੇ ਹਾਂ ਮੰਡੇ ਸਾਡੇ ਐਦਾ ਹੈ ਜੀ ਮੰਡੇ ਤੋਂ ਅਸਾਂ ਚਾਹਣੇ ਹਾਂ ਆਪਣੇ ਅਤੇ ਦੋ ਪੀਸ ਮਲ ਦੇ ਚਾਹਣੇ ਪਸੰਦ ਤੇ ਗਰਮਾ ਗਰਮ ਹੈ ਆਹ ਹਾਂ ਤੱਤੇ ਤਤਾਕ ਜੇ ਤਾਂ ਕੋਈ ਦਿੰਦੀ ਗੋਸ਼ਤ ਦੀ ਪਲੇਟ ਅਸਾਂ ਟੇਬਲ ਐਪ ਕਿੰਨੀ ਆ ਜੀ ਬਾਕੀ ਵਾਵਾਂ ਵੀ ਖਾਈ ਰਹੀ ਆ ਖਾਣਾ ਪੀਣਾ ਬਾਕੀ ਅਸਾਂ ਤੱਕ ਆ ਖਾਨ ਦਾਦ ਸਾਹਿਬ ਅਸਲਾਮ ਅਲੈਕਮ ਕੀ ਹਾਲ ਹੈ ਠੀਕ ਹੋ ਅੱਲਾ ਸ਼ਾਦੀ ਇੰਜੋਏ ਕਰੀ ਰਹੇ ਮੁਬਾਰਕ ਸਾਂ ਮੁਬਾਰਕ ਹੋਇਆ ਬਾਕੀ ਸਾਰੇ ਜਿਹੜੇ ਬੈਠੇ ਉਹਨਾਂ ਦੀ ਮੁਬਾਰਕ ਹੋਇਆ ਯੂਟਿਊਬਰ ਹੈ ਜੀ ਬਿਹਤਰੀਨ ਮਾਹੌਲ ਚੱਲਣਾ ਪਿਆ ਸੋਹਣਾ ਖਾਣਾ ਆ ਔਰ ਅਜੀਜ਼ ਸਾਹਿਬ ਜਿਹੜਾ ਹੈ ਜੀ ਇਸ ਟਾਈਮ ਮਾਸ਼ਾ ਅੱਲਾਹ ਬੜੇ ਲਸ਼ ਪਸ਼ ਹੋਇਆ ਹੈ ਸਾਨੂੰ ਸੋਹਣੇ ਲੱਗ ਰਹੇ ਸਨ ਅੱਲਾਹ ਪਾਕ ਉਹਨਾਂ ਕੀ ਸਲਾਮਤ ਰੱਖਿਆ ਅੱਲਾਹ ਪਾਕ ਤਾਂ ਹੁਣ ਨਹੀਂ ਲੱਗੀ ਰਹੇ ਤਾਂ ਹੁਣ ਨਹੀਂ ਲੱਗੀ ਰਹੇ ਤਾਂ ਬਾਕੀ ਖਾਣਾ ਕਿਸਾ ਲਗਾਇਆ ਖਾਣਾ ਬਿਹਤਰੀਨ ਆ ਜੀ ਮਜ਼ਾ ਆਇਆ ਕਸ਼ਮੀਰ ਮਾਰਕੀਟ ਦਾ ਖਾਣਾ ਜਿਹੜਾ ਨਾ ਨੰਬਰ 1 ਹੋਣਾ ਅਗਰ ਇਹ ਪਾਪਾ ਤਾਰੀਫ ਕਰੀ ਹੋਣ ਤਾਂ ਮੈਂ ਫਿਰ ਸਮਝੋ ਪੈਸੇ ਪੂਰੇ ਇਹ ਕੰਨੇ ਨਹੀਂ ਹੋਣੇ ਵੈਸੇ ਸਭ ਤਾਰੀਫ ਕਰੀ ਜਿਸ ਨੂੰ ਅਸੀਂ ਤਾਰੀਫ ਕੀਤੀ ਹੈ ਜੇ ਮਾਰੇ ਦੋਸਤੋ ਖਾਈ ਪੀ ਦਾ ਸਭ ਬਾਹਰ ਨਿਕਲਦੇ ਆ ਤਾਂ ਬਾਹਰ ਪੈ ਗਿਆ ਨੇ ਨਹਿਰਾ ਬਾਰਿਸ਼ ਆਈ ਨੇ ਬੜੀ ਡਾਢੀ ਬਾਦਲ ਸਾਡੇ ਕੋਲ ਕਾਲੇ ਕਾਲੇ ਸਿਆ ਬੰਦੇ ਇਧਰ ਵੀ ਥੋੜੇ ਚਿੱਟੇ ਤਾਂ ਉਧਰ ਬਿਲਕੁਲ ਕਾਲੇ ਅੱਛਾ ਅਸਲਾਮ ਅਲੈਕਮ ਅੱਲਾਹ ਸ਼ੁਕਰ ਸਾਹਿਬ ਸੁਣਾਓ ਠੀਕ ਹੈ ਮੋਟਰਸਾਈਕਲ ਬਣਾਇਓ ਗੱਡੀ ਬਣਾਇਆ ਅਸਲਾਮ ਅਲੈਕਮ ਤੁਹਾਡੇ ਸਭ ਕੀ ਹਾਲ ਹੈ ਠੀਕ ਹੈ ਹੋਰ ਸੁਣਾਓ ਠੀਕ ਹੈ ਖਾਦੀ ਖਾਦੀ ਨੇ ਮੌਸਮ ਠੰਡਾ ਜ਼ਹਿਰ ਬਾਹਰ ਵੀ ਗਰਮੀ ਹੋਣੀ ਸੀ ਗਰਮ ਖਾਣਾ ਖਾਧਾ ਹੋਣਾ ਸੀ ਬਸ ਜੇ ਰਹੇ ਹੁਣ ਚਲੋ ਜੀ ਓਕੇ ਖੁਦਾ ਹਾਫਿਜ਼ ਠੀਕ ਹੈ ਠੀਕ ਹੈ ਤੁਸੀਂ ਮੌਸਮ ਕਾਫੀ ਖਰਾਬ ਹੋਈ ਗਿਆ ਜੀ ਤਾਂ ਹੁਣ ਅਸਾਂ ਹਾਲੇ ਕਿ ਬਾਹਰ ਨਿਕਲੇ ਆਏ ਹਾਂ ਤਾਂ ਆਂਧੀ ਤੂਫਾਨ ਵੀ ਆਈ ਆ ਬਾਕੀ ਹੁਣ ਅੱਗੇ ਤੱਕ ਹੋਇਆ ਜੇਲ੍ਹ ਕਿਆ ਹੋਇਆ ਤਾਂ ਘਾਹ ਕੁੱਟੇ ਆ ਜਾਂ ਨਾ ਹੋ ਜਾਣਾ ਰਾਹ ਕੀ ਹਾਲ ਹੋਣਾ ਕਿ ਨਾ ਪੁੱਛ ਸਕਦੇ ਹਾਂ ਨਾ ਪੁੱਛ ਸਕਦੇ ਹਾਂ ਬਾਕੀ ਸਾਰਾ ਪਟੋਲਾ ਜਿਹੜਾ ਹੈ ਜੀ ਉਹ ਅਗਰ ਬੈਠਾ ਹੋਇਆ ਅੰਦਰ ਜਾਂ ਬੋਟੀਆਂ ਖਾਣਾ ਪਿਆ ਜਾਂ ਬੋਟੀਆਂ ਜਾਂ ਮੁੱਕੀਆਂ ਨਹੀਂ ਤਾਂ ਬਾਕੀ ਅੱਜ ਵੀਡੀਓ ਜਿਹੜੀ ਹੈ ਜੀ ਉਹ ਕੀਤੀ ਹੈ ਅਸਾਂ ਜਵਾਏ ਦੱਸੋ ਕੀਤੀ ਅਸੀਂ ਜਵਾਏ ਦੇ ਨਾਲ ਹੀ ਸੌਂ ਕਿ ਨਹੀਂ ਜਲਦੀ ਸਵਾਰੀ ਸਾਡੀ ਸ਼ਿਦਮਤੀ ਇਸ ਤਰ੍ਹਾਂ ਸਾਨੂੰ ਨਹੀਂ ਵੀਡੀਓ ਕਿਤਾ ਦੋ ਤੱਕ ਦੱਸੋ ਜਲਦੀ ਮਾਨ ਅੱਲਾ